ਅਸਲਾਮ ਅਲੈਕੁਮ ਜੀ, ਕੀ ਹਾਲ ਹੈ ਤੁਹਾਡਾ ਸਾਰਿਆਂ ਦਾ? ਮੈਂ ਮਿਸ ਮੰਮੀ ਨੇ ਤੁਹਾਡੇ ਵਾਸਤੇ ਜੀ ਮੁਰਗ ਬਰੋਸ਼ ਲੈ ਕੇ, ਯਾਨੀ ਕਿ ਕੁੱਕਰ ਦਾ ਵੀ, ਅਤੇ ਬੜਾ ਮਜ਼ੇਦਾਰ, ਬੜਾ ਹੀ ਯਮੀ ਜਿਹਾ ਬਣਿਆ ਹੈ, ਅਤੇ ਉਹ ਬੜਾ ਈਜ਼ੀ ਹੈ. ਇਹਦੀ ਰੈਸਪੀ ਬੜੀ ਈਜ਼ੀ ਹੈਗੀਆਂ ਨੇ, ਔਰ ਤਈ ਇਹਨਾਂ ਨੂੰ ਸਰਵ ਕਰੋ ਤਾਂ ਮਜ਼ਾ ਹੀ ਆ ਜਾਵੇ. ਸਿਰਫ ਮੈਂ 3 ਰੈਸਪੀ ਚੀਜ਼ਾਂ ਪਾਈਆਂ ਨੇ, ਮਿਰਚ, ਅਦਰਕ, ਲਸਣ ਪਾਇਆ, ਬੜਾ ਘਰ ਦੇ ਕਿਹੜੇ ਮਸਾਲੇ ਹੁੰਦੇ ਨੇ ਉਹਨਾਂ 'ਚ ਬਣਾਏ ਹੈ, ਅਤੇ ਬੜਾ ਹੀ ਮਜ਼ੇਦਾਰ ਬਣਿਆ. ਇਹ ਮੈਂ 3 ਚੀਜ਼ਾਂ ਨੂੰ ਕੁੱਟ ਲਿਆ ਚੰਗੇ ਤਰੀਕੇ ਨਾਲ, ਦੋਰੀ 'ਚ ਪਾ ਕੇ. ਜਦੋਂ ਦੋਰੀ 'ਚ ਪਾ ਕੇ ਕੁੱਟ ਲਿਆ, ਅਤੇ 1 ਚਮਚ ਮੈਂ ਨਮਕ, ਅਤੇ 1 ਚਮਚ ਮਿਰਚਾਂ, ਅਤੇ ਅੱਧਾ ਚਮਚ ਹਲਦੀ ਪਾ ਤੀ. ਮੇਰੇ ਕੋਲ ਨਿੰਬੂ ਪਏ ਸੀ, ਆਹ ਵੇਖੋ, ਹੁਣ ਮੈਂ 1 ਚਮਚ ਮਿਰਚਾਂ ਪਾਈਆਂ ਨੇ, ਫਿਰ ਅੱਧੀ ਕੁ ਹਲਦੀ ਪਾ, ਅੱਧੀ ਚਮਚ ਹਲਦੀ ਪਾ ਤੀ, ਅਤੇ 1 ਚਮਚ ਨਮਕ ਪਾ ਤਾ, ਅਤੇ ਫਿਰ ਮੇਰੇ ਕੋਲ 2 ਨਿੰਬੂ ਪਏ ਸੀ, ਮੈਂ 2 ਨਿੰਬੂ ਵਿੱਚ ਪਾ ਤੇ ਨੇ. ਫਿਰ ਮੈਂ ਮੁਰਗ ਕਿਹੜਾ ਮੈਂ ਧੋ ਕੇ ਰੱਖਿਆ ਸੀ, ਪਹਿਲੇ ਉਹਨੂੰ ਨਮਕ ਲਾ ਕੇ ਰੱਖਿਆ ਸੀ, ਤਾਂ ਕਿ ਨਾ ਨਮਕ ਅੱਛੀ ਤਰ੍ਹਾਂ ਵਿੱਚ ਸਾਡਾ ਜਜ਼ਬ ਹੋ ਜਾਵੇ. ਫਿਰ ਮੈਂ ਇਹਦੇ ਵਿੱਚ ਕਦੋਂ ਮਸਾਲਾ ਸਾਰਾ ਵਿੱਚ ਜਿਹੜਾ ਇਕੱਠਾ ਹੋ ਜਾਏਗਾ, ਸਾਰਾ ਮੈਂ ਮਸਾਲਾ ਕਦੋਂ ਕੁੱਟਰੋ ਕੁੱਟ ਲਿਆ, ਅਤੇ ਉਹਦੇ ਵਿੱਚ ਹੀ ਮੈਂ ਮੁਰਗੀ ਪਾ ਕੇ ਚੰਗੇ ਤਰੀਕੇ ਨਾਲ ਨਾ ਸਾਰਾ ਮਸਾਲਾ ਮੁਰਗੀ 'ਤੇ ਲਾ ਦੇਣਾ, ਅਤੇ ਗਰਮ ਮਸਾਲਾ ਵੀ ਪਾ ਦਾਂਗੀ ਮੈਂ. ਘਰ ਦਾ ਮਸਾਲਾ ਹੈ, ਲੇਕਿਨ ਮੇਰੇ ਕੋਲ ਨਾ ਦੂਜਾ ਮਸਾਲਾ ਪੈਕਟਾਂ ਵਾਲਾ ਮਸਾਲਾ ਸੀ, ਮੈਂ ਪੈਕਟ ਵਾਲਾ ਗਰਮ ਮਸਾਲਾ ਪਾਇਆ, ਕਿਉਂਕਿ ਇਹਨਾਂ ਦੀ ਖੁਸ਼ਬੂ ਥੋੜ੍ਹੀ ਜਿਹੀ ਚੇਂਜ ਹੁੰਦੀ, ਅੱਛੀ ਲੱਗਦੀ ਹੈ. ਆਹ ਵੇਖੋ, ਮੈਂ ਮੁਰਗੀ ਪਾ ਦਿੱਤੀ, ਤਾਂ ਕਿ ਨਿੰਬੂ, ਨਮਕ, ਆਹ ਵੇਖੋ, ਮਾਂ ਵਾਲਾ ਮੇਰੇ ਕੋਲ ਗਰਮ ਮਸਾਲਾ ਹੈਗਾ, ਬੜੀ ਪਿਆਰੀ ਖੁਸ਼ਬੂ ਆਉਂਦੀ, ਅਤੇ ਮੈਂ ਇਹੋ ਪੈਕਟ ਯੂਜ਼ ਕਰਨੀ ਹੁੰਦੀ ਹਾਂ, ਇਸਤੇਮਾਲ ਕਰਨੀ ਆ. ਜਦੋਂ ਇਹਨੂੰ ਮਸਾਲਾ ਲਾ ਕੇ ਰੱਖਾਂਗੀ ਮੈਂ 2 ਘੰਟੇ ਵਾਸਤੇ, ਇਹਨੂੰ ਫਰਿੱਜ ਵਿੱਚ ਐਵੇਂ ਰੱਖ ਦਾਂਗੀ, ਜਾਂ ਤੁਸੀਂ ਕੋਲੇ 'ਚ ਪਾ ਕੇ ਫਰਿੱਜ ਵਿੱਚ ਰੱਖ ਦਿਉ. ਮੈਂ ਤਾਂ ਇਹ ਕੀਤਾ ਕਿ 2-3 ਘੰਟੇ ਵਾਸਤੇ ਇਹਨੂੰ ਨਾ ਡੱਬੇ 'ਚ ਕੱਢ ਕੇ ਰੱਖ ਲਿਆ. ਜਦੋਂ 2-3 ਘੰਟੇ ਹੋ ਗਏ ਨੇ, ਫਿਰ ਮੈਂ ਨਾ 3 ਚਮਚ ਕੋਰਨਫਲਾਵਰ ਲੈ ਗਏ, ਚੰਗੇ ਤਰੀਕੇ ਦੇ ਲਾ ਤਾ. ਕੋਰਨਫਲਾਵਰ ਲਾਉਣ ਦਾ ਮਕਸਦ ਆਹ ਹੁੰਦਾ ਕਿ ਅੱਛੇ ਤਰੀਕੇ ਨਾਲ ਨਾ ਕਦੋਂ ਆਪਾਂ ਫਰਾਈ ਕਰਨਾ, ਤਾਂ ਇੰਨਾ ਮਸਾਲਾ ਉਤਰਦਾ ਨਹੀਂ ਹੈ. ਅੱਛੇ ਤਰੀਕੇ ਨਾਲ ਲੱਗ ਗਿਆ, ਅਤੇ ਉਸ ਬਾਅਦ ਮੈਂ ਘੀ ਵਿੱਚ ਫਰਾਈ ਕਰਾਂਗੀ, ਤੁਹਾਡੇ ਸਾਹਮਣੇ ਤਲਾਂਗੀ. ਮੈਂ ਤੁਹਾਡੇ ਸਾਹਮਣੇ ਲਈਆਂ ਨੇ ਕੋਰਨਫਲਾਵਰ, ਥੋੜ੍ਹਾ ਹੀ, ਜ਼ਿਆਦਾ ਨਹੀਂ ਮੈਂ ਲਿਆ, 2-3 ਚਮਚ ਹੀ ਲਿਆ ਨੇ, ਤਾਂ ਕਿ ਸਾਡਾ ਮਸਾਲਾ ਕਿਹੜਾ ਮੁਰਗੀ ਦੇ ਵਿੱਚ ਲੱਗਿਆ ਉਹ ਬਾਹਰ ਨਾ ਨਿਕਲੇ ਘੀ ਫਰਾਈ ਹੁੰਦੇ ਹੋਏ. ਮੈਂ ਪਹਿਲੇ 2 ਬੋਟੀਆਂ ਫਰਾਈ ਕਰ ਲਈਆਂ ਨੇ, ਉਹ ਤੁਹਾਡੇ ਸਾਹਮਣੇ ਲੈਗ ਪੀਸ ਫਰਾਈ ਕਰਨੀ ਆ. ਜਦੋਂ ਫਰਾਈ ਹੋਏ 10-15 ਮਿੰਟ, ਕਦੋਂ ਉੱਤੇ ਉੱਤੇ ਰੰਗ ਚੇਂਜ ਹੋਏਗਾ, ਤੈਨੂੰ 1 ਥਾਲੀ 'ਚ ਕੱਢ ਲੈਣਾ. ਦੂਸਰਾ ਵੀ ਮੈਂ ਪਾ ਦਿੱਤਾ, ਅਤੇ ਜਦੋਂ ਤਲੀ 'ਚ ਆਏ, ਅਤੇ ਥੋੜ੍ਹਾ ਕੱਚਾ ਪੱਕਾ, ਫਿਰ ਮੈਨੂੰ ਨਾ ਕੁੱਕਰ 'ਚ ਨਾ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਨੂੰ ਸਟੀਮ ਕੀਤਾ, ਤਾਂ ਕਿ ਨਾ ਚੰਗੇ ਤਰੀਕੇ ਨਾਲ ਸਾਡੀ ਮੁਰਗੀ, ਕਿਹੜੀ ਕੁੱਕੜਾ ਕੁੱਕੜ ਹੈਗਾ ਸਾਡਾ, ਚੰਗੇ ਤਰੀਕੇ ਨਾਲ ਗਲ ਜਾਵੇ, ਅਤੇ ਕੱਚਾ ਨਾ ਰਹੇ ਨਾ. ਆਹ ਵੇਖੋ, ਤੁਹਾਡੇ ਸਾਹਮਣੇ ਮੈਂ ਫਰਾਈ ਕੀਤਾ, ਚਿਕਨ ਵਿੱਚ ਪਾ ਦਿੱਤਾ, ਮੁਰਗੀ ਪਾ ਦਿੱਤੀ, ਅਤੇ ਇਹਨੂੰ 1/2 ਘੰਟੇ, ਅਤੇ ਤੁਸੀਂ 45 ਮਿੰਟ ਰੱਖਣਾ ਚਾਹੁੰਦੇ ਹੋ ਜਾਂ 1/2 ਘੰਟਾ ਰੱਖਣਾ ਚਾਹੁੰਦੇ ਹੋ, ਰੱਖੋ, ਸਟੀਮ ਕਰੋ. ਮੈਂ ਤਾਂ ਵੀ ਇਹਨੂੰ 45 ਮਿੰਟ ਵਾਸਤੇ ਹਲਕੇ ਹਲਕੇ ਆ ਦਿੱਤਾ, ਕਿ ਕਸਰ ਰਹਿ ਜਾਵੇ, ਕਸਰ ਨਾ ਰਹੇ ਕੱਚੀ ਦੀ. ਆਹ ਵੇਖੋ, ਤੁਹਾਡੇ ਸਾਹਮਣੇ ਮਾਸ਼ਾਅੱਲਾ ਨਾ ਕਿੱਡਾ ਸੋਹਣਾ ਖੂਬਸੂਰਤ ਲੱਗਦਾ ਪਿਆ. ਹੁਣ 1/2 ਘੰਟਾ 45 ਮਿੰਟ ਰੱਖਦੇ ਹੋ, ਬਿਸਮਿਲ੍ਲਾ ਕਰਕੇ ਖੋਲ੍ਹੇ ਆਪਾਂ, ਮਾਸ਼ਾਅੱਲਾ ਕਿੱਡੀ ਪਿਆਰੀ ਪਿਆਰੀ ਸ਼ਕਲ ਲੱਗੀ, ਵੀ ਮੂੰਹ 'ਚ ਪਾਣੀ ਆ ਗਿਆ ਮੇਰੇ 'ਤੇ. ਇਹਨੂੰ ਸਰਵ ਕਰੋ. ਇਹਨੂੰ ਦਹੀਂ ਦੇ ਨਾਲ ਸਰਵ ਕਰ ਖਾਓ, ਨਾਨ ਦੇ ਨਾਲ ਖਾਓ, ਆਰਾਮ ਨਾਲ ਤੁਹਾਡੇ 2-3 ਬੰਦੇ ਆਰਾਮ ਨਾਲ ਖਾ ਸਕਦੇ ਨੇ. ਮੈਂ ਅੱਜ ਡਿਸ਼ ਆਪਣੀ ਮੰਮੀ ਵਾਸਤੇ ਬਣਾਈ ਸੀ, ਮੈਂ ਕਿਹਾ ਚਲੋ ਬਣਾ ਰਹੀ ਹਾਂ, ਅਤੇ ਵੀਡੀਓ ਵੀ ਬਣਾ ਕੇ ਯੂਟਿਊਬ 'ਤੇ ਸੈਂਡ. ਕਾਫੀ ਬ੍ਰੇਕ ਲੱਗ ਗਈ ਨਾ ਮੇਰੀ.